ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਤੇ ਸਾਡੇ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਨਵੇਂ ਆਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਲ ਰੰਗ ਦੇ ਸਬਸਕ੍ਰਾਈਬਰ ਬਟਨ ਨੂੰ ਕਲਿੱਕ ਕਰਕੇ ਤੇਰੇ ਨਾਲ ਲੱਗੇ ਜਿਹੜਾ ਘੰਟੀ ਦਾ ਆਪਸ਼ਨ ਆ ਉਹਨੂੰ ਆਲਟ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਪਾਈਏ ਤੁਹਾਡੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਜਾ ਸਕੇ ਤੇ ਜਿਹੜੇ ਨੰਬਰ ਤੁਹਾਨੂੰ ਸਕਰੀਨ ਤੇ ਇਸ ਵਕਤ ਪੀਲੇ ਅੱਖਰਾਂ ਦੇ ਵਿੱਚ ਸ਼ੋ ਹੋਂਦੇ ਪਏ ਨੇ ਉਹਨਾਂ ਨੂੰ ਤੁਸੀਂ 5 ਤੋਂ 10 ਫੋਟੋਆਂ ਭੇਜ ਕੇ ਸਾਡੇ ਚੈਨਲ ਦੇ ਉੱ ਤੇ ਹੁਣ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਟਰੈਕਟਰ ਦੀ ਸਵਰਾਜ 855 ਜੀ 2016 ਮਾਡਲ ਦਾ ਟਰੈਕਟਰ ਇਹ 18 ਤਰੀਕ ਤੀਜੇ ਮਹੀਨੇ 2016 ਚ ਯਾਨੀ ਕਿ ਰਜਿਸਟਰ ਡੇਟ ਹੈ ਇਹਦੀ ਤੇ ਕੁੱਲ ਟਰੈਕਟਰ 1518 ਘੰਟੇ ਚੱਲਿਆ ਹੋਇਆ ਜੀ ਆਹ ਮੀਟਰ ਦੀਆਂ ਫੋਟੋਆਂ ਨੇ ਇੰਜਨ ਗੇਅਰ ਲੈਫਟ ਮਗਰਲੇ ਸਾਰ ਟਰੈਕਟਰ ਆਲੋਕੇ ਆ ਸੀਲਡ ਆ ਕੋਈ ਕੰਮ ਨਹੀਂ ਪਾਲਦਾਗਾ ਬਾਕੀ 4 ਸਟਾਰ ਆ ਪਾਵਰ ਸਟੀering ਡਬਲ ਡਿਸਟਿਬਿਊਟਰ ਲੱਗਾ ਵਗੈਰਾ ਵਾ ਬਾਕੀ ਇਹ ਸੇ ਵਗੈਰਾ ਆ ਤੁਸੀਂ ਰੰਗ ਪੇਂਟ ਦੀਆਂ ਫੋਟੋਆਂ ਵੇਖ ਸਕਦੇ ਹੋ ਸਾਰਾ オリジナル ਆ ਕੋਈ ਛੇੜਖੰਦੀ ਨਹੀਂ ਕੀਤੀ ਗਈ ਛੋਟਾ ਮਿੰਸ ਸਿਸਟਮ ਟਰੈਕਟਰ ਦੇ ਉੱਪਰ ਲੱਗਾ ਹੋਇਆ ਉਹ ਤੁਸੀਂ ਕਿਰਪਾ ਕਰਕੇ ਇੱਕ ਵਾਰ ਮਾਲਕਾਂ ਨੂੰ ਪੁੱਛ ਲਿਓ ਤੇ ਸੰਗਰੂਰ ਏਰੀਆ ਵਿੱਚ ਖੜਾ ਜੀ ਤੇ ਡਿਮਾਂਡ ਹੈਗੀ 5.5 ਲੱਖ ਰੁਪਈਆ ਬਾਕੀ ਮੌਕੇ ਤੇ ਘਟਵਾਦ ਕਰ ਲੈਣਗੇ ਨੰਬਰ ਥੱਲੇ ਸ਼ੋ ਹੁੰਦਾ ਪਿਆ ਤੁਹਾਨੂੰ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣਾ ਸਾਫ ਸੁਥਰਾ ਟਰੈਕਟਰ ਪਿਆ ਜੀ ਹੁਣ ਅੱਗੇ ਗੱਲ ਕਰਦੇ ਆ 11 ਹਾਲਾ ਜੀ ਅੱਗੇ ਆਪਣੇ ਕੋਲ ਸੇਲ ਦੇ ਲਈ ਆਏ ਹੋਏ ਹਾਲਾਂ ਦੇ ਵੇੜ ਦੀ ਗੱਲ ਕਰੀਏ ਜੀ 2 ਕੁਇੰਟਲ 80 ਕਿਲੋ ਦੇ ਹਾਲ ਆ ਬਾਕੀ ਬਰਨਾਲਾ ਦੇ ਬਣੇ ਹੋਏ ਆ ਹਾਂ ਬਾਕੀ ਤੁਸੀਂ ਪਿੱਛੇ ਹਨਾ ਕੁਝ ਵੀ ਯਾਨੀ ਕਿ ਜਿਵੇਂ ਸੁਹਾਗਾ ਟਾਈਪ ਹੁੰਦਾ ਵਾ ਬੀ ਉਹ ਪਿੰਨਾ ਪੁੰਨਾ ਜੀਆਂ ਦਿੱਤੀਆਂ ਹੁੰਦੀਆਂ ਹੁੰਦੀਆਂ ਵਾ ਜਿਵੇਂ ਕੱਦੂ ਵਲੇ ਆਪਾਂ ਮਾਰਦੇ ਹੁੰਨੇ ਮਗਰ ਉਹ ਪਾ ਸਕਦੇ ਹੋ ਵੇਖੋ ਪਿੰਨਾ ਲੱਗੀਆਂ ਹੋਈਆਂ ਵਾ ਉਹ ਤੇ ਲਵਾ ਕੇ ਤੇ ਆਪਦਾ ਕੱਦੂ-ਕੁੱਦੂ ਵਿੱਚ ਵੀ ਵਧੀਆ ਰਹਿੰਦੇ ਆ ਇਹ ਤੇ ਮਾਨਸਾ ਏਰੀਆ ਵੇਖੇ ਖੜੇ ਆ ਜੀ ਤੇ ਡਿਮਾਂਡ ਹੈਗੀ ਉਹਨਾਂ ਵੱਲ ਰੱਖੀ ਗਈ 15000 ਬਾਕੀ ਡਿਮਾਂਡ ਦੇ ਵਿੱਚੋਂ ਮੌਕੇ ਤੇ ਘੱਟ ਵੱਧ ਹੋਉਂਦੇ ਸੀ ਅਸੀਂ ਕਰ ਲਾਂਗੇ ਜਿਨ੍ਹਾਂ ਨੇ ਵੀ ਲੈਣਾ ਹੋਵੇ ਥੱਲੇ ਨੰਬਰ ਸ਼ੋਅ ਹੁੰਦੇ ਪਏ ਆ ਤੁਹਾਨੂੰ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਫਾਰਮ ਟਰੈਕ 60 ਦੀ ਸਭ ਤੋਂ ਪਹਿਲਾਂ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਹਾਂ 2015 ਮਾਡਲ ਟਰੈਕਟਰ ਇਹ ਇੰਜਨ ਗੇਅਰ ਲੈਫਟ ਮਗਰਲੇ ਸਿਰ ਟਰੈਕਟਰ ਆਲੋਕਿਆ ਸੀਲਡ ਆ ਮੂਰੇ ਯਾਨੀ ਕਿ ਜਿਹੜਾ ਬੰਪਰ ਆ ਉਹ ਟੈਂਚੀ ਵਾਲਾ ਵਾ ਐਕਸਟਰਾ ਬਾਰ ਲਾਈਟ LED ਲੱਗੀ ਹੋਈ ਆ ਛੋਟਾ ਮਿਊਜ਼ਿਕ ਸਿਸਟਮ ਟਰੈਕਟਰ ਦੇ ਉੱਪਰ ਲੱਗਾ ਹੋਇਆ ਵਾ ਪਾਵਰ ਸਟੀਅਰਿੰਗ ਦਾ ਟਰੈਕਟਰ ਦੇ ਨਾਲ ਦੇ ਟਾਇਰ ਆ ਜੀ 45% 3500 ਘੰਟਾ ਟਰੈਕਟਰ ਚੱਲਿਆ ਹੋਇਆ ਵਾ ਕੁੱਲ ਆ ਮਗਰਲੇ ਸਿਰੀਆਂ ਫੋਟੋਆਂ ਨੇ ਡਬਲ ਡੈਸਟੀਬਿਊਟਰ ਪਾਵਰ ਸਟੀering ਆ ਤੇ ਬਾਕੀ ਇੰਜਨ ਉੰਜਨ ਗੇਅਰ ਦਾ ਜਮਾ ਸੈੱਟ ਆ ਕੋਈ ਮਗਰਾੜ ਨਹੀਂ ਗਲੇ ਕੋਈ ਖਾਮੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਕੋਈ ਕੰਮ ਨਹੀਂ ਭਾਲਦਾ ਰਤੀ ਕੋਈ ਚਵਾ ਚਾਬੀ ਨਹੀਂ ਲਵਾਉਂਦਾ ਕੋਈ ਬਲੂ ਨਹੀਂ ਹੈਗੀ ਕੋਈ ਪੰਪ ਦਾ ਕੰਮ ਨਹੀਂ ਤੇ ਜੋ ਡਿਮਾਂਡ ਬੰਗੀ ਗਈ ਹੈ ਮਾਲਕ ਵੀਰਾਂ ਵੱਲੋਂ 4 ਲੱਖ ਤੇ 40000 ਰੁਪਇਆ ਡਿਮਾਂਡ ਆ ਬਹੁਤ ਘੱਟ ਡਿਮਾਂਡ ਮੰਗੀ ਗਈ ਆ ਮਾਲਕ ਵੀਰਾਂ ਵੱਲੋਂ ਸੋ ਕਮੈਂਟ ਦੇ ਵਿੱਚ ਕੋਈ ਵੀ ਯਾਨਕੀ ਰੇਟ ਵਗੈਰਾ ਯਾਰ ਕਿਸੇ ਵੀ ਟਰੈਕਟਰ ਦਾ ਨਾਮ ਲਾਇਆ ਕਰੋ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਕਮੈਂਟ ਉਸੇ ਟਾਈਮ ਤੁਹਾਡਾ ਡਿਲੀਟ ਹੋ ਜੈਣਾ ਤੇ ਨੰਬਰ ਮਾਲਕਾਂ ਦਾ ਥੱਲੇ ਸ਼ੋ ਹੁੰਦਾ ਪਿਆ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣਾ ਸਾਫ਼ ਸੁਥਰਾ ਟਰੈਕਟਰ ਬਕਾਊ ਹੈ ਜੀ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਅਵਤਾਰ ਟੂੜੀ ਵਾਲੀ ਮਸ਼ੀਨ ਦੀ ਟੂੜੀ ਵਾਲੀ ਮਸ਼ੀਨ ਬਕਾਊ ਹੈ ਜੀ ਅਵਤਾਰ ਬਹੁਤ ਸੋਹਣੀ ਸਾਫ ਸੁਥਰੀ ਪਈ ਹੈ ਜੀ 2013 ਕਣੀ 14 ਮਾਡਲ ਆ ਇਹ ਐਕਵਾਇਟੂ ਕੰਪਲੀਟਲੀ ਮਾਲਕਾਂ ਤੋਂ ਕਨਫਰਮ ਕਰ ਲਿਓ ਬਹੁਤ ਸੋਹਣੀ ਸਾਫ ਸੁਥਰੀ ਟੂੜੀ ਬਣਾਉਂਦੀ ਆ ਵਧੀਆ ਹਾਲਤ ਰੇ ਵਿੱਚ ਹੈ ਜੀ ਤਲਵੰਡੀ ਸਾਬੋ ਏਰੀਆ ਵਾ ਜਿੱਥੇ ਖੜੀ ਹੈ ਜੀ ਆਹ ਤੁਸੀਂ ਟਾਇਰਾਂ ਦੀਆਂ ਫੋਟੋਆਂ ਵੇਖ ਸਕਦੇ ਹੋ ਮਾਰਕ ਲੱਗੇ ਹੋਏ ਨੇ 2013 ਦੇ 1 ਲੱਖ 35000 ਰੁਪਿਆ ਰੇਟ ਆ ਬਾਕੀ ਮੌਕੇ ਤੇ ਘੱਟ ਵੱਧ ਹੋ ਜਾਊਗਾ ਜੀ ਜਿਨ੍ਹਾਂ ਨੇ ਲੈਣਾ ਲੈਣੀ ਹੋਵੇ ਇਹ ਮਸ਼ੀਨ ਨੰਬਰ ਥੱਲੇ ਸ਼ੋ ਹੁੰਦਾ ਪਿਆ ਉਹਨਾਂ ਤੋਂ ਨੰਬਰਾਂ ਤੋਂ ਕਾਲ ਕਰਕੇ ਖਰੀਦ ਸਕਦੇ ਹੋ ਬਹੁਤ ਘੱਟ ਰੇਟ ਤੇ ਬਿਕਾਊ ਆ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਸੋਨਾਲੀਕਾ 750 3IR ਐਕਸਟਰੈਕਟਰ ਦੀ ਤੇ ਸੌਰੀ ਜੀ ਇਹ ਟਰੈਕਟਰ ਐਕਚੁਅਲੀ ਕੱਲ ਰਹਿ ਗਿਆ ਸੀ ਐਡ ਲਈ ਪਾਉਣ ਦੇ ਲਈ ਸੋ ਕਾਫੀ ਵੀਰਾਂ ਦੇ ਕਮੈਂਟ ਆਏ ਸੀ ਕਿ ਤੁਸੀਂ ਟਰੈਕਟਰ ਪਾਇਆ ਨਹੀਂ ਇਹ ਤੇ 2013 ਮਾਡਲ ਹੈ ਜੀ ਟਰੈਕਟਰ ਇਹ 75% ਟਰੈਕਟਰ ਦੇ ਟਾਇਰ ਨੇ ਇੰਜਨ ਗੇਅਰ ਲੈਫਟ ਮਗਰਲੇ ਹਿੱਸੇ ਦਾ ਟਰੈਕਟਰ ਆਲ ਓਕੇ ਪਿਆ ਜੀ ਸੀਲ ਦਾ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਹੈਵੀ ਬੰਪਰ ਲੱਗਾ ਹੋਇਆ ਫੁੱਲ ਪਾਵਰ ਸਟੀering ਦਾ ਟਰੈਕਟਰ ਬਾਕੀ ਟਾਇਰਾਂ ਵਗੈਰਾ ਦੀ ਤੁਹਾਨੂੰ ਫੋਟੋ ਸ਼ੋਅ ਹੁੰਦੀ ਗਈ ਪਈ ਸੀ ਪੀਵੀ 29 ਨੰਬਰ ਆ ਟਰੈਕਟਰ ਦਾ ਤੇ 3 ਲੱਖ ਤੇ 85000 ਡਿਮਾਂਡ ਸੀਗੀ ਮਾਲਕ ਵੀਰਾਂ ਵੱਲੋਂ ਰੱਖੀ ਗਈ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਘੱਟ ਵੱਧ ਕਰ ਲੈਣਗੇ ਫਰੋਜਪੁਰ ਏਰੀਆ ਜਿੱਥੇ ਖੜਾ ਹੈ ਇਹ ਤੇ ਨੰਬਰ ਆ ਜਿਹੜਾ ਮਾਲਕਾਂ ਦਾ ਤੁਹਾਨੂੰ ਇਸ ਟਾਈਮ ਥੱਲੇ ਸ਼ੋ ਹੁੰਦਾ ਪਿਆ ਸਕਰੀਨ ਤੇ ਉਹਦੇ ਵੇਲੇ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਇੱਕ ਬਾਈ ਮੇਰੀ ਖਾਸ ਰਿਕਵੈਸਟ ਆ ਯਾਰ ਕੋਈ ਵੀ ਟਰੈਕਟਰ ਹੁੰਦਾ ਤੁਸੀਂ ਉਹਦੇ ਰੇਟ ਦਾ ਕੋਈ ਵੀ ਯਾਰ ਕਮੈਂਟ ਕਮੋਟੇ ਜਾਂ ਨਾ ਕਰਿਆ ਕਰੋ ਕਿਉਂਕਿ ਆ ਭੈੜਾ ਲੱਗਦਾ ਉਹ ਕਮੈਂਟ ਜਾਨਕਿ ਜੇ ਤੁਸੀਂ ਲੈਣਾ ਸਿੱਧਾ ਡਾਇਰੈਕਟ ਕਾਲ ਕਰੋ ਨੰਬਰ ਹਰ ਇੱਕ ਨੰਬਰ ਦੇ ਨਾਲ ਨਿੱਤਾ ਹੁੰਦਾ ਸਾਡਾ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਸਵਰਾਜ 855 FE ਟਰੈਕਟਰ ਦੀ 4 ਸਟਾਰ ਆ ਜੀ 2017 ਮਾਡਲ 60 ਪੈਸੇ ਟਾਇਰ ਨੇ ਜੀ ਨਾਲ ਦੇ ਆ ਟਰੈਕਟਰ ਦੇ ਇਕੱਲੀਆਂ ਵਾਹੀ ਵਾਹੀ ਤੇ ਚੱਲਿਆ ਹੋਇਆ ਇਹ ਹੈਵੀ ਬੰਪਰ ਲੱਗਾ ਹੋਇਆ ਤੇ 2000 ਘੰਟਾ ਕੋਲ ਟਰੈਕਟਰ ਚੱਲਿਆ ਹੋਇਆ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਬਾਕੀ ਤੁਸੀਂ ਆ ਪੰਪ ਪੰਪ ਵਗੈਰਾ ਵੇਖ ਸਕਦੇ ਹੋ ਰੰਗ ਪੇਂਟ ਦਾ ਪੂਰਾ ਸਾਫ ਪਿਆ ਜੀ ਟਰੈਕਟਰ ਇਹ ਬਾਕੀ ਇੰਜਨ ਗੇਅਰ ਲੈਫਟ ਮਗਰਲੇ ਸਿਰ ਵਿੱਚ ਕੋਈ ਖਾਮੀ ਨਹੀਂ ਹੈਗੀ ਆ ਟੈਰਾਂ ਦੀਆਂ ਫੋਟੋਆਂ ਨੇ ਕਿਤੋਂ ਯਾਰ ਟਰੈਕਟਰ ਬਲੋ ਨਹੀਂ ਮਾਰਦਾਗਾ ਕਿ ਤੋਂ ਆਵਾਜ਼ ਨਹੀਂ ਗਈ ਕੋਈ ਯਾਨੀ ਕਿ ਧੂਆਂ ਵਗੈਰਾ ਕੋੜਾ ਨਹੀਂ ਗਾ ਤੇ ਰਤੀਆਂ ਏਰੀਆ ਵਿੱਚ ਖੜਾ ਜੀ ਇਹ ਟਰੈਕਟਰ ਬਾਕੀ ਤੁਸੀਂ ਕੰਪਲੀਟਲੀ ਕਾਲ ਕਰਕੇ ਸਾਰਾ ਐਡਰੈਸ ਵਗੈਰਾ ਵੇਖ ਸਕਦੇ ਹੋ 5.5 ਲੱਖ ਰੁਪਿਆ ਮਾਲਕ ਵੀਰਾਂ ਵੱਲੋਂ ਡਿਮਾਂਡ ਰੱਖੀ ਗਈ ਸੀ ਇਹ ਟਰੈਕਟਰ ਦੀ ਮੌਕੇ ਤੇ ਘੱਟ ਵੱਧ ਕਰ ਲੈਣਗੇ ਡਿਮਾਂਡ ਦੇ ਵਿੱਚੋਂ ਸੋ ਜਿਨ੍ਹਾਂ ਨੇ ਵੀ ਲੈਣਾ ਹੋਵੇ ਇਹ ਟਰੈਕਟਰ ਮਾਲਕਾਂ ਦੇ ਜਿਹੜੇ ਨੰਬਰ ਨੇ ਸੋਨੂੰ ਉਹ ਇਸ ਟਾਈਮ ਸਕਰੀਨ ਤੇ ਸ਼ੋ ਹੋ ਹੁੰਦੇ ਪਏ ਨੇ ਉਹਨਾਂ ਨੂੰ ਤੁਸੀਂ ਕਾਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣਾ ਸਾਫ਼ ਸੁਥਰਾ ਸਵਰਾਜ 855 4 ਸਟਾਰਟ ਟਰੈਕਟਰ ਬਕਾਊ ਆ ਜੀ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ ਆਇਸ਼ਰ 364 ਐਨ ਸੀ ਡੀ 1995 ਮਾਡਲ ਹੈ ਜੀ ਟਰੈਕਟਰ ਇਹ ਤੇ ਹਰਿਆਣਾ ਨੰਬਰ ਆ ਤੇ ਅੱਧੇ ਟਾਇਰ ਨੇ ਜੀ ਟਰੈਕਟਰ ਦੇ ਬਾਕੀ ਇੰਜਣ ਗੇਅਰ ਲੈਫਟ ਦਾ ਆਲੂਕੇ ਪਿਆ ਜੀ ਵਧੀਆ ਕੰਮ ਦਿੰਦਾ ਵਾ ਮਗਰਾੜ ਵਗੈਰਾ ਵਧੀਆ ਹਾਲਤ ਰੇ ਵਿੱਚ ਨੇ ਰੰਗ ਪੇਂਟ ਵਗੈਰਾ ਪੂਰਾ ਸਾਫ ਪਿਆ ਵਾ ਬਾਕੀ ਬਠਿੰਡਾ ਏਰੀਆ ਵਿੱਚ ਖੜਾ ਜੀ ਹੈ ਟਰੈਕਟਰ ਐਟ ਅ ਟਾਈਮ ਮੌਕੇ ਤੇ ਤੇ 1 ਲੱਖ ਰੁਪਏ ਉਹਨਾਂ ਵੱਲੋਂ ਡਿਮਾਂਡ ਰੱਖੀ ਗਈ ਆ ਮੌਕੇ ਤੇ ਘੱਟ ਵੱਧ ਹੋ ਜੂਗੀ ਸੋ ਜਿਨ੍ਹਾਂ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਮਾਲਕਾਂ ਦੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਇਸ ਟਾਈਮ ਸਕਰੀਨ ਤੇ ਸ਼ੋ ਹੁੰਦੇ ਪਏ ਨੇ ਉਹਨਾਂ ਨੂੰ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣਾ ਸਾਫ਼ ਸੁਥਰਾ ਐਸ਼ਰ 364 NC ਟਰੈਕਟਰ ਬਕਾਊ ਆ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਫੋਰਡ 3600 ਦੀ ਸਭ ਤੋਂ ਪਹਿਲਾਂ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਆਪਾਂ 1994 ਮਾਡਲ ਆਈ ਟਰੈਕਟਰ ਇਹ ਤੇ ਫਰਸਟ ਓਨਰ ਮਾਲਕ ਪਹਿਲੇ ਹੀ ਆ ਆਪ ਹੀ ਨਵਾਂ ਕਢਾਇਆ ਸੀਗਾ ਉਹਨਾਂ ਨੇ ਖੇਤੀ ਖੇਤੀ ਤੇ ਟਰੈਕਟਰ ਚੱਲਿਆ ਹੋਇਆ ਕੱਲ ਤੇ ਮਗਰਲੇ ਟਾਇਰ ਅਧੇਨੇ ਟਰੈਕਟਰ ਦੇ ਤੇ ਮੂਹਰਲੇ ਟਾਇਰ 30 ਪੈਸੇ ਨੇ ਤੇ ਰਾਸਤਾਨ ਦਾ ਨੰਬਰ ਆ ਤੇ ਰਾਸਤਾਨ ਏਰੀਆ ਵੀ ਕੇਹੀ ਖੜਾ ਵਾ ਤੇ ਉਹਨਾਂ ਨੇ ਖੁਦ ਨਵਾਂ ਕਢਾਇਆ ਸੀਗਾ ਇਹ ਬਾਕੀ ਇੰਜਣ ਉੰਜਨ ਦਾ ਸਾਰਾ ਕੰਮ ਹੋਇਆ ਪੰਪ ਦਾ ਸਾਰਾ ਕੰਮ ਹੋਇਆ ਜਾਨਕਿ ਇੰਜਣ ਪੰਪ ਵੱਲੋਂ ਕੋਈ ਖਮੀ ਨਹੀਂ ਹੈਗੀ ਨਾ ਕੋਈ ਗੇਅਰ ਦੀ ਆਵਾਜ਼ ਨਾ ਕੋਈ ਮਗਰਲੇ ਸੇਰੀ ਪੰਨ ਤੋੜ ਕੁਝ ਵੀ ਨਹੀਂ ਘਪਾਲ ਦਾ ਟਰੈਕਟਰ ਡਿਮਾਂਡ ਦੀ ਗੱਲ ਕਰੀਏ ਪੂਰਾ 2 ਲੱਖ ਰੁਪਇਆ ਡਿਮਾਂਡ ਰੱਖੀ ਗਈ ਸੀ ਬਾਕੀ ਘੱਟ ਵੱਧ ਕਰ ਲੈਣਗੇ ਉਹ ਮੌਕੇ ਤੇ ਸੋ ਜਿਨ੍ਹਾਂ ਨੇ ਵੀ ਲੈਣਾ ਹੋਵੇ ਇਹ ਟਰੈਕਟਰ ਮਾਲਕਾਂ ਦੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਇਸ ਟਾਈਮ ਸਕਰੀਨ ਤੇ ਸ਼ੋ ਹੋ ਹੁੰਦੇ ਪਏ ਨੇ ਉਹਨਾਂ ਨੂੰ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਵੇਖਣ ਦੇ ਲਈ ਆਦਾ ਕੀਮਤੀ ਸਮਾਂ ਕੱਢਣ ਦੇ ਲਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਵੀ ਨਵੇਂ ਆਏ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵੀਡੀਓ ਪੂਰੀ ਵੇਖਣ ਦੇ